अज आप डेमोस्ट्रेट कर रहे हैं कि ट्रैक्टर वाकई 50 साल पुराना बनया हुआ अज की कर सकता और उही कुछ अज कर रहे हैं और सारे देख सकते हैं। दस बजे तो एक बजे तक बहुते रहे हैं। अच्छा। और ट्रैक्टर बिल्कुल ही कोई अंडर प्रेशर नहीं चल रहा और कोई गर्म नहीं हो रहा और जो इस चलाने का स्वाद है वह है ही वखरा। ਵਧੀਆ ਕੋਈ ਦਬਦਾ ਦੁਬਦਾ ਤਾਂ ਹੈ ਨਹੀਂ ਬਿਲਕੁਲ ਵੀ ਬਸ ਥੋੜਾ ਜਿਹਾ ਆਇਆ ਵੀ ਸਟੀਅਰਿੰਗ ਵੱਡਾ ਕਰਕੇ ਥੋੜਾ ਜਿਹਾ ਇਹ ਨਵਾਂ ਚਲਾਉਣ ਪਤਾ ਨਹੀਂ ਲੱਗਦਾ ਟਰੈਕਟਰ ਦੇ ਬਿਨਾਂ ਟਰੱਕ ਦੇ ਟਰੈਕਟਰ ਨੇ ਥੋੜੀ ਜਿਹੀ ਪਾਵਰ ਸਟੀਅਰਿੰਗ ਨੇ ਉਹਦੇ ਕਰਕੇ ਥੋੜਾ ਜਿਹਾ ਪ੍ਰੋਬਲਮ ਆਈ ਬਸ ਕਿ ਇਹ ਸੀ ਅੱਠ ਅੱਠ ਸਾਡੀਆਂ ਤਵੀਆਂ ਪਈਆਂ ਸੀ ਪਹਿਲਾਂ ਬਿਲਕੁਲ ਨਹੀਂ ਦਬਿਆ ਦੁਬਿਆ ਉਹ ਬਹੁਤ ਵਧੀਆ ਲੱਗਿਆ ਦੇਖ ਕੇ ਵੀ ਹਾਂ ਪੁਰਾਣੀ ਚੀਜ਼ ਹੈਗੀ ਆ ਕੋਈ 4x4 ਨਾਲੋਂ ਦੁੱਗਣਾ ਜ਼ੋਰ ਸੀ ਉਹਦੇ ਬਾਈਲਰ ਦੇ ਵਿੱਚ ਨਾ ਜਮਾ ਨਹੀਂ ਦਬਿਆ ਪੂਰਾ ਐਨ ਪਜਰ ਕੋਨੇ ਆਪਾਂ ਮੋੜ ਦੇ ਉਹਨੇ ਮੋੜ ਤੋਂ ਐਂ ਜਮਾ ਨਹੀਂ ਦਬਿਆ ਐਂ ਆਰਾਮ ਨਾਲ ਬੰਦਰੇ ਇਸ 'ਤੇ ਹੀ ਕਦੇ ਕਿਤੇ ਦੇਣੀ ਪੈਂਦੀ ਕਦੇ ਨਹੀਂ ਸਾਨੂੰ ਪਹਿਲੀ ਵਾਰ ਦੇਖਿਆ ਤਾਂ ਬਹੁਤ ਸੋਹਣਾ ਲੱਗਿਆ ਜੀ ਟਰੈਕਟਰ ਅਸੀਂ ਕਦੇ ਨਹੀਂ ਦੇਖੇ ਸੀ ਇਹ ਟਰੈਕਟਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਸਵਾਗਤ ਕਰਦਾ ਅੱਜ ਤੁਸੀਂ ਸੋਚ ਰਹੇ ਹੋਵੋਗੇ ਇਹ ਕਿ ਭਾਈ ਐਂਕਰ ਬੈਠਾ ਆ ਪਤਾ ਨਹੀਂ ਕਿਤੇ ਟਰੈਕਟਰ ਜਿਹਦੇ ਬੈਠ ਕੇ ਗੱਲਾਂ ਬਾਤਾਂ ਕਰਦਾ ਹੋਊ ਪਰ ਮੈਂ ਅੱਜ ਬੜੇ ਫਕਰ ਨਾਲ ਕਹਿ ਰਿਹਾ ਕਿ ਜਿਸ ਟਰੈਕਟਰ ਦੇ ਉੱਤੇ ਮੈਂ ਬੈਠਾ ਅਕਸਰ ਆਪਾਂ ਇਸ ਟਰੈਕਟਰ ਨੂੰ ਕਿਸੇ ਢਾਬੇ ਦੇ ਬਾਹਰ ਜਾਂ ਕਿਸੇ ਪ੍ਰੀ ਵੈਡਿੰਗ ਦੇ ਸ਼ੂਟ ਦੇ ਉੱਤੇ ਪੁਰਾਣੀ ਜਗ੍ਹਾ ਦੇ ਵਿੱਚ ਦੇਖਦੇ ਹਾਂ ਪਰ ਅੱਜ ਇਹ ਖੇਤਾਂ ਦੇ ਵਿੱਚ ਲੱਗਿਆ ਹੋਇਆ ਖੇਤਾਂ ਦੇ ਵਿੱਚ ਜਿਹੜਾ ਆ ਕੰਮ ਕਾਰ ਚੱਲ ਰਿਹਾ ਪੂਰੀ ਜਿਹੜੀ ਵਾਹੀ ਆ ਉਹ ਹੋ ਚੁੱਕੀ ਹੈ 4 ਤੋਂ 5 ਕਿੱਲੇ ਆ ਜਿਹੜੇ ਇਹਨੇ ਵਾਹ ਦਿੱਤੇ ਨੇ ਪੂਰੀ ਮੈਂ ਕਹਿੰਦਾ ਪਿੱਛੇ ਤਵੀਆਂ ਲੱਗੀਆਂ ਹੋਈਆਂ ਨੇ ਸ਼ੋਰਟ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੇ ਨੇ ਪੂਰਾ ਕਹਿੰਦੇ ਉਹ ਸ਼ੇਰ ਰਿਹਾ ਇਹ ਜਿਸ ਸ਼ੇਰ ਨੂੰ ਆਪਾਂ ਕਿਸੇ ਨਾ ਕਿਸੇ ਢਾਬੇ ਦੀ ਸ਼ਾਨ ਵਧਾਉਂਦੇ ਹੋਏ ਦੇਖਦੇ ਹਾਂ ਕਿਸੇ ਪ੍ਰੀ ਵੈਡਿੰਗ ਦੇ ਉੱਤੇ ਉਸ ਨੂੰ ਬਸ ਇੱਕ ਫੁਟੇਜ ਦੇ ਤੌਰ 'ਤੇ ਜਿਹੜਾ ਆ ਇਸਤੇਮਾਲ ਕੀਤਾ ਜਾਂਦਾ ਪਰ ਅਸਲ ਇਸਤੇਮਾਲ ਜਿਹੜਾ ਅਸਲ ਦਾ ਇਸਤੇਮਾਲ ਆ ਉਹ ਅੱਜ ਹੋ ਰਿਹਾ ਹਰਮੀਤ ਜੀ ਸਾਡੇ ਨਾਲ ਟਰੈਕਟਰ ਚਲਾ ਰਹੇ ਨੇ ਜਗ੍ਹਾ ਥੋੜ੍ਹੀ ਜਿਹੀ ਘੱਟ ਹੈ ਪਰ ਮੈਂ ਚਾਹੁੰਦਾ ਸੀ ਕਿ ਅਸੀਂ ਉੱਪਰ ਬੈਠ ਕੇ ਗੱਲਬਾਤ ਕਰੀਏ ਹਰਮੀਤ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਔਰ ਰਹਿਮਤ ਟੀਵੀ ਦਾ ਇੱਕ ਵਾਰ ਫਿਰ ਧੰਨਵਾਦ ਔਰ ਸਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕਹਿੰਦਾ ਸ਼ੇਰ ਅੱਜ ਜਿੱਥੇ ਆਪਾਂ ਦੇਖਦੇ ਹੁੰਦੇ ਹਾਂ ਕਿ ਘੁੰਮਦਾ ਸੀ ਉਹ ਪਿਛਲੇ ਜ਼ਮਾਨੇ ਦੇ ਵਿੱਚ ਫਿਰ ਅੱਜ ਦੇ ਸਮੇਂ ਦੇ ਵਿੱਚ ਢਾਬਿਆਂ ਦੀ ਸ਼ਾਨ ਬਣ ਗਿਆ ਪ੍ਰੀ ਵੈਡਿੰਗ ਦੇ ਜਾਂ ਫਿਲਮਾਂ ਦੇ ਵਿੱਚ ਰਹਿ ਗਿਆ ਪਰ ਅੱਜ ਸ਼ੇਰ ਜਦੋਂ ਖੇਤਾਂ ਦੇ ਵਿੱਚ ਲੈ ਕੇ ਆਏ ਹੋ ਕਿਵੇਂ ਲੱਗ ਰਿਹਾ ਹਾਂਜੀ ਜਿਸ ਤਰ੍ਹਾਂ ਆਪਾਂ ਪਿਛਲੀ ਇੰਟਰਵਿਊ ਦੇ ਵਿੱਚ ਗੱਲ ਕੀਤੀ ਸੀ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਵਰਤੋਂ ਕਰਾਂਗੇ ਹਾਂਜੀ ਅੱਜ ਆਪਾਂ ਉਹ ਡੈਮੋਸਟ੍ਰੇਟ ਕਰ ਰਹੇ ਹਾਂ ਕਿ ਟਰੈਕਟਰ ਵਾਕਿਆ 50 ਸਾਲ ਪੁਰਾਣਾ ਬਣਿਆ ਹੋਇਆ ਅੱਜ ਇਹ ਕੀ ਕਰ ਸਕਦਾ ਔਰ ਇਹ ਉਹੀ ਕੁਛ ਅੱਜ ਕਰ ਰਿਹਾ ਔਰ ਸਾਰੇ ਦੇਖ ਸਕਦੇ ਨੇ ਬਿਲਕੁਲ ਮੈਂ ਇੱਕ ਗੱਲ ਤੁਹਾਨੂੰ ਦਰਸ਼ਕੋ ਦੱਸਦਾ ਕਿ ਸ਼ੇਰ ਪੂਰਾ ਬੁੱਕ ਰਿਹਾ ਖੇਤਾਂ ਦੇ ਵਿੱਚ ਕਹਿੰਦੇ ਪੂਰੀ ਵਾਹ ਵਾਹ ਹੀ ਲੁੱਟ ਰਿਹਾ ਅੱਧਾ ਪਿੰਡ ਖੜਾ ਸੀ ਪਹਿਲਾਂ ਦੇਖਣ ਨੂੰ ਤੇ ਹੁਣ ਵੀ ਚਲੋ ਹਾਲੇ ਵੀ ਬਹੁਤ ਐਸੇ ਸ਼ਖਸ ਨੇ ਜਿਹੜੇ ਖੜੇ ਨੇ ਉਸਦੇ ਉੱਤੇ ਗੱਲਬਾਤ ਕਰ ਰਹੇ ਨੇ ਮੈਂ ਬਿਲਕੁਲ ਹਾਂ ਆਪਾਂ ਚੱਲਦੇ ਹਾਂ ਉਹਨਾਂ ਵੱਲ ਨੂੰ ਚੱਲਦੇ ਹਾਂ ਤੇ ਬਾਜੀ ਜੇ ਆਪਾਂ ਗੱਲਬਾਤ ਕਰ ਰਹੇ ਹਾਂ ਇਸ ਵਕਤ ਇਹ ਟਰੈਕਟਰ ਚਲਾਉਣਾ ਤੇ ਆਪਾਂ ਮਾਡਰਨ ਟਰੈਕਟਰ ਜਿਹੜੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਨੇ ਚਲੋ ਆਪਾਂ ਕੰਪੇਅਰ ਨਹੀਂ ਕਰ ਰਹੇ ਪਰ ਕਹਿੰਦੇ ਜੋ ਬੇਸ ਹੁੰਦਾ ਜੋ ਜੜ ਹੁੰਦੀ ਹੈ ਉਹ ਜੜੇ ਹੁੰਦੀ ਆ ਹੁਣ ਚਾਹੇ ਉਹਦੇ ਉੱਤੇ ਤੁਸੀਂ ਜਿੰਨੀ ਆਰਟੀਫਿਸ਼ਲ ਕਰ ਲਓ ਆਪਣੀਆਂ ਹੋਰ ਕਰ ਲਓ ਗੱਲਬਾਤ ਪਰ ਹੁਣ ਜਿਵੇਂ ਇਸ ਸ਼ੇਰ ਨੂੰ ਦੇਖਦੇ ਹੋ ਕਿੰਨਾ ਕੁ ਜ਼ੋਰ ਕਿੰਨਾ ਕੁ ਸਮਾਂ ਲੱਗ ਗਿਆ ਮੈਂ ਸਪਸ਼ਟ ਪੁੱਛੂੰਗਾ ਕਿੰਨਾ ਸਮਾਂ ਲੱਗ ਗਿਆ 1 ਕਿੱਲੇ ਨੂੰ ਵਾਹਣ ਵਿੱਚ ਇਹ ਬਹੁਤ ਹੀ ਵਧੀਆ ਔਰ ਬੜੇ ਆਰਾਮ ਨਾਲ ਆਪਾਂ ਜਿਸ ਤਰ੍ਹਾਂ ਸਾਰੇ ਦੇਖ ਸਕਦੇ ਆ ਬੜੇ ਆਰਾਮ ਨਾਲ ਬੈਠੇ ਹਾਂ ਔਰ ਦੁਪਹਿਰੇ ਅੱਜ ਟੈਂਪਰੇਚਰ ਵੀ ਕੋਈ 40 ਦੇ ਕਰੀਬ ਸੀ ਤਕਰੀਬਨ 1 ਵਜੇ ਤੱਕ ਅਸੀਂ 10 ਵਜੇ ਤੋਂ 1 ਵਜੇ ਤੱਕ ਬਹੁੰਦੇ ਰਹੇ ਹਾਂ ਔਰ ਟਰੈਕਟਰ ਬਿਲਕੁਲ ਹੀ ਕੋਈ ਅੰਡਰ ਪ੍ਰੈਸ਼ਰ ਨਹੀਂ ਚੱਲ ਰਿਹਾ ਔਰ ਕੋਈ ਗਰਮ ਨਹੀਂ ਹੋ ਰਿਹਾ ਔਰ ਜੋ ਇਸ ਨੂੰ ਚਲਾਉਣ ਦਾ ਸਵਾਦ ਹੈ ਉਹ ਹੈ ਹੀ ਵੱਖਰਾ ਉਹ ਤਾਂ ਹੈ ਹੀ ਹਾਂਜੀ ਡੀਜ਼ਲ ਦੀ ਗੱਲ ਕਰੀਏ ਭਾਅ ਜੀ ਕਿੰਨਾ ਕੁ ਡੀਜ਼ਲ ਪਵਾਇਆ ਸੀਗਾ ਫਿਰ ਆਮ ਨਾਲੋਂ ਕਿੰਨਾ ਕੁ ਡੀਜ਼ਲ ਪਵਾਇਆ ਸੀ ਹਾਂਜੀ ਡੀਜ਼ਲ ਕਿੰਨਾ ਕੁ ਪਵਾਇਆ ਸੀਗਾ ਜਦੋਂ ਆਪਾਂ ਇਹ ਲਾਇਆ ਇਹਨੂੰ ਇਹ ਡੀਜ਼ਲ ਇਹਦੇ ਵਿੱਚ ਪਵਾਇਆ ਸੀ ਆਪਾਂ ਸਵੇਰੇ 10 ਲੀਟਰ ਪਵਾਇਆ ਸੀ ਹਾਂ ਸੋ ਉਹਦੇ ਨਾਲ ਹੀ ਚੱਲ ਰਿਹਾ ਸਵੇਰ ਦਾ ਬਸ ਆ ਦੇਖ ਲਓ
लगातार ही चली जा रहे हैं। लगातार ही चली जा रहे हैं। हाँ जी। अरे वाह, एक चीज भाई देखने वाली चीज है कि देखो अज के समय के चाहे कोई होर कंपनियां के ट्रैक्टर खड़े होन, लोग उन्होंने नहीं इन्ना देखते जिन्हें अज के आ जो चलता है खेतों के खेतों का राजा कहने जड़े वो साण कहते झोटा कहते हैं जिन्हों कहते शेर कहते हैं जो जाता ही सड़क के उत्ते ते अज शेर चल रहा सड़क अपने खेतों के बच्चे आप अक्सर देखते हैं। मैं दोबारा जी दोहरा रहा ये चीज़ न क्योंकि आप देखते हाँ कि खड़े ने खड़े ट्रैक्टर देख लें पर अज के समय के ट्रैक्टर मैं कहना चल रहा है। भाई जी एक आप जी गल कर रहे हैं कि ए तो नहीं लग रहा कि भाई मैं थक गया ट्रैक्टर चला के भाई हूँ मैं आरामदारी जी लोड हैगी नहीं लगे तो बह के ना जी बिल्कुल नहीं ऐसा कोई गल नहीं बड़ा आरामदेह है चला और ये सारिया सहूलत ने बेशक अजक कोई पावर स्टेयरिंग नहीं लेकिन एयर कंडीशन नहीं लेकिन फिर भी ऐसी कोई थकावट वाली गल नहीं आप बड़े आराम ना बैठे हाँ बड़ा रिलैक्स होकर चला रहे हैं और नवे किस्म के ट्रैक्टर और सारे बाकी ट्रैक्टर और मोटर से खड़े ने भी आप सारे दिखा सकते हैं। सो ये बड़े आराम ना चल रहा कोई लोड नहीं बन रहा कोई प्रेशर नहीं और आप भी इसनों बड़े आराम नाल ही चला रहे हैं। बिल्कुल मैं एक चीज़ होर दसदा कि पहले तो जिमें कहते हैं कि नाल आला जिमें अपना चाहे सीरी हो नाल बैठ जाता हूँ हूँ आप बिल्कुल नाल नाल ही बैठे हैं कोई ऐ नहीं है कि फलाने भाई इधरी साइड लोहे से बैठा तत्ता लगता ही इधर सीट से ही बैठा बंदा है। हाँ जी हाँ जी बिल्कुल जी कहते सहुरियां भी इतने ही जाते होंगे सी कि भाई ऐ कर मैं जाना ही फिर भगवान ने तैयार रही सहुरियां जाना है मैं। हाँ जी अज तो 50 साल पहले फिर सहूलत यही होंदिया सी सो यही फाइव स्टार सी उस वेले बिल्कुल ये उ रोल्स रॉयल गड्डी वाली फीलिंग दिता जी कि भाई फलानी वो इन्नी महंगी गड्डी ली है भाई अच्छ बड़ा खुश हो रहा मन बहुत वधिया लग रहा है क्योंकि जितने ना आप यह चीज़ा खड़िया देखते होंगे प्री वैडिंग शूट के उत्ते या फिल्मों के पर अज जो इनू खेतों के चलते हुए देखिया बड़ा जड़ा आ मन प्रसन्न होया बहुत लोग खड़े ने आप उन्होंने भी गलबात जी कर कोशिश करा आप रोक लें बई जी इनू बिल्कुल असी एक देखते हैं बई जी उन्होंने भी गलबात है जी करा लोग भी कहें जो शेर आ जंगल का राउंड मार के आ चुके ये उस खेतों का राजा रहा भाजी अज तो बड़ा मज़ा आ रहा मैनू ये गल जिमें ना अक्सर आप गल करते ही होंने कि वह फलाने ढाबे के बाहर ट्रैक्टर खड़ा ही वह फलाने प्री वैडिंग शूट के ट्रैक्टर इस्तेमाल किया पर असल इस्तेमाल जड़ा आ असल जड़ा कम है वह कम तो अज किया अज पहली बार देखा मैं। हाँ जी बिल्कुल ये असल कम ही खेतों के इसलिए इनू खेतों का राजा कहते हैं और इसलिए आप खेतों के डेमोस्ट्रेशन जो तुम दिता और दिखाया कि किस काम लिए बने और की काम कर रहे हैं। बिल्कुल साढ़े नाल कुछ नवे दर्शक जोड़े जुड़े होंगे वो भी सोच रहे होंगे कि भाई असी मैं तुम्हें दसना असी पहला यह इंटरव्यू करी सी बई जी उन्होंने तो उस इंटरव्यू तो बाद बई ने उदों ही कहा कि ज मैं लिया बेशक ने पर जोड़ा इन्हों का असल काम है वह मैं लूँगा जरूर उन्होंने असल काम तो लाऊंगा किमें काम करीदा हूँ जिमें बई आप अच्छ कि जमीन बाही है ये अच्छ कोई तकरीबन 5 किले ने जोड़े बहते हैं सो सवेरे 10 बजे लगे से 3 बजे 1 बजे तक चलता रहा उस तो बाद आप थोड़ा जहा लंच किया लंच तो बाद फिर लाता। हाँ जी तो फिर कि समा कि लगे जिमें पहला जो कहते नहीं होंगे कि एक चक्के से घुमाता 4 चक्किया घुमाता समा तुम्हें पता ही है फिर कि जट्टा के काम इदा ही होंगे ने कई बार जुगाड़ भी करने पैदे ने तो 100 प्रॉब्लम्स आ जाए ने वो टाइम भी सारा बिचे ही होंगे। हाँ जी इनू आप 4 घंटे लग गए टाइम तो काफ़ी ज़्यादा लग गया हूँ शायद दर्शक कहे कि 4 घंटे लाग गए 5 किले पाने नहीं वो मुसीबत भी कई बार आई हैं। हाँ जी बिल्कुल भाई एक बार ए तो नहीं होया मन के चल मैं लाण तो लग गया कित उम ना हो जाए कि चले ही ना उ जाके फिर गुरु गुर जी एक जगह से ही करी जाए कि तविया ना खिच हूँ जिम्मे हूँ तविया भी पाई उन्हें तविया भी वाहवा ही खिंच दी हल भी पाए उन्हें मैं दर्शक एक गल होर तुम्हें दसदा कि उरे DT 14 भी खड़ा आ पिछले पास तो अपना जीटर 2011 खड़ा तो परले पास जौंडियर भी खड़ा कहते हरे रंग का कहते मुकाबले कहते आ जोड़े 2 बब्बर शेर एक पासे होर खड़े ने कहते शेर भावें बुढ़ा हो जाए शेर शेर ही होंगे एक गल आप होर देख लें भाई जी कहते नहीं होंगे कि जोड़ा बेसिक है जोड़ा आप कह दें होंने कि जी जड़ है जड़ता कहते जड़ ही होंगी है कहते इन्ह ने ही किसानों उपर चक्या ए तो ये जो ट्रैक्टर जो आए वो तो बाद ही आया कि हाँ हूँ आप इधर भी जा सकते हैं ट्रैक्टर मशीनरी वालों जाना शुरू किया।
हाँ जी, जिस तरह टाइम दे को एडवांस हुंदा जांदा, टाइम दे नाल सारा कुछ बदलता जाता। वो अज तो 50 साल पहलां दीआं गल्लां ने। वो 50 साल पहलां आया सी डी टी 14 और उस तो लैके अजकल जॉन डियर जो कि अमेरिका के बने हुए ट्रैक्टर ने, जिसके कि बहुत ही ब्यूटीफुल और बड़ा शानदार है, और वह भी अजकल आम ट्रैक्टर ने, पंजाब दे विच आम ही मिलते हैं। सो इस तो पता लगता है कि लोगों ने कितनी तरक्की की है। हाँ जी भाई, जे आपां हुण आवा इहदी गल करदे आं, डी टी 14 दी ते अपना जीटर खड़ा आ, इन्हें इन्होंने तो नहीं तंग तुंग तो नहीं किया, ये तो नहीं दबे दुबे कितने? नहीं, तंग तो किसी ने नहीं किया, पर फिर भी जब काफ़ी देर बाद आप कोई चीज़ वरतते हैं, हूँ जिस तरह मैनू भी इन्होंने बहुत ज़्यादा इंस्ट्रूमेंट ऐसे है जो चलाने नहीं आते, पता नहीं की करते हैं। सो तकलीफ तो होंगी है, लेकिन तकलीफ का ना ही तरक्की है। हाँ बिल्कुल, कहते बंदा सीखता हौली हौली, सीखता हरेक चीज़ तो सीखता। बिल्कुल, पिछे कुछ होर अपने नौजवान भी खड़े ने, वीर भी खड़े ने, होर भी आप गल्लां बातें करनी शुरू करते हैं। बाई जी ने तो चलाया भी है, शॉर्ट भी चलते हो गए थोड़ी टीवी स्क्रीन पर, जो बाई जी ने चलाया। बाई जी तुम डी डी 14 चलाया भी है? मैं बाईलास चलाया से, दूए पास वाला ठीक है, बाईलास चलाया जी। बाई जी फिर कितना का फर्क लग्या? वधिया, कोई दबदा दुबदा तो है नहीं बिल्कुल भी, बस थोड़ा ही आया भी स्टीयरिंग बड़ा करके थोड़ा जहा नवा चला, पता नहीं लगता ट्रैक्टर दे बेटा ट्रक दे, ट्रैक्टर ने थोड़ी जी पावर स्टीयरिंग ने, उहदे करके थोड़ा जहा प्रॉब्लम आई। बस कि ਇਹ ਸੀ ਅੱਠ ਅੱਠ ਸਾਡੀਆਂ ਤਵੀਆਂ ਪਈਆਂ ਸੀ ਪਹਿਲਾਂ, ਬਿਲਕੁਲ ਨਹੀਂ ਦਬਿਆ ਦੁਬਿਆ, ਉਹ ਐਂ ਜਿਵੇਂ ਹੁਣ ਆਪਾਂ ਸਿਰੇ 'ਤੇ ਮੋੜਦੇ ਹਾਂ ਉੱਦਾਂ ਕੋਈ ਨਹੀਂ ਦਬਿਆ ਦੁਬਿਆ, ਫੁੱਲ ਚੱਲਿਆ ਐਨ ਪੂਰਾ ਵਧੀਆ, ਪੂਰਾ ਵਧੀਆ ਚੱਲਿਆ। ਪਹਿਲਾਂ ਲੱਗਦਾ ਸੀਗਾ ਕਿ ਚੱਲ ਪੂਗਾ, ਕਿਤੇ ਐਂ ਤਾਂ ਨਹੀਂ ਲੱਗਿਆ ਕਿ ਪਤਾ ਨਹੀਂ ਖਿੱਚ ਸਕੂਗਾ ਜਾਂ ਨਹੀਂ ਖਿੱਚ ਸਕੂਗਾ? ਨਹੀਂ ਨਹੀਂ, ਖਿੱਚਣ ਦੀ ਕੋਈ ਗੱਲ ਨਹੀਂ, ਉਹਦੀ ਪੈਂਟ ਪਾਵਰ ਆ, ਦਬਣ ਦਬਣ ਵਾਲਾ ਕੰਮ ਹੈ ਨੀਗਾ, ਹੈ ਨਹੀਂ ਦਬਣ ਵਾਲਾ ਕੰਮ। ਜਿਵੇਂ ਨਵੇਂ ਮੁੰਡੇ ਵੀ ਖੜੇ ਨੇ ਬਾਈ, ਤੁਸੀਂ ਇਹ ਟਰੈਕਟਰ ਦੇਖਿਆ ਹੀ ਪਹਿਲਾਂ? ਨਹੀਂ ਨਹੀਂ, ਪਹਿਲਾਂ ਨਹੀਂ ਦੇਖਿਆ ਸੀਗਾ ਯਾਰ, ਅੱਜ ਜ਼ਮੀਨ 'ਚ ਆਏ ਨੇ, ਅੱਜ ਅਸੀਂ ਪਹਿਲਾਂ ਦੇਖੇ ਨੇ ਅੱਜ ਜੀ, ਬਹੁਤ ਵਧੀਆ ਲੱਗਿਆ ਸਾਨੂੰ ਦੇਖ ਕੇ। ਪਹਿਲਾਂ ਤਾਂ ਜਿਵੇਂ ਸੋਸ਼ਲ ਮੀਡੀਆ ਦਾ ਦੌਰ ਆ ਹੁਣ, ਅੱਜ ਕੱਲ੍ਹ ਤਾਂ ਦੇਖ ਲੈਂਦੇ ਆਪਾਂ ਸੋਸ਼ਲ ਮੀਡੀਆ 'ਤੇ ਕਿ ਭਾਈ ਉਹ ਫਲਾਣੀ ਜਗ੍ਹਾ ਖੜਾ, ਉਹ ਫਲਾਣੇ ਫਾਰਮ 'ਚ ਖੜਾ, ਉਹ ਫਲਾਣੇ ਢਾਬੇ 'ਤੇ ਖੜਾ। ਅੱਜ ਇਹ ਪਹਿਲੀ ਵਾਰ ਜਿਵੇਂ ਖੇਤ ਦੇ ਵਿੱਚ ਚੱਲਦਾ ਦੇਖਿਆ, ਲੱਗਿਆ ਸੀਗਾ ਕਿ ਭਾਈ ਇੱਕ ਮੈਂ ਖੇਤ 'ਚ ਵੀ ਦੇਖ ਲੂੰ, ਪਰ ਜਦ ਅੱਜ ਆਪਣੀ ਜ਼ਮੀਨ 'ਚ ਆਏ ਨੇ, ਐਂ ਬਹੁਤ ਵਧੀਆ ਲੱਗਿਆ ਦੇਖ ਕੇ ਵੀ ਹਾਂ ਪੁਰਾਣੀ ਚੀਜ਼ ਹੈਗੀ ਆ। ਕੋਈ 4x4 ਨਾਲੋਂ ਦੁੱਗਣਾ ਜ਼ੋਰ ਸੀ ਉਹਦੇ ਬਾਈਲਾਰ ਦੇ ਵਿੱਚ, ਬਹੁਤ ਵਧੀਆ ਲੱਗਿਆ। ਪੂਰਾ ਝੋਟਾ ਵੜ ਕੇ ਪੂਰਾ ਜਮਾਂ ਨਹੀਂ ਦਵਿਆ, ਜਮਾਂ ਨਹੀਂ ਨਾ ਜਮਾਂ ਨਹੀਂ ਦਵਿਆ, ਪੂਰਾ ਐਨ ਯਾਰ ਕੋਨੇ ਆਪਾਂ ਮੋੜ ਦੇ ਉਹਨੇ ਮੋੜ ਤੋਂ ਐਂ ਜਮਾਂ ਨਹੀਂ ਦਵਿਆ, ਐਂ ਆਰਾਮ ਨਾਲ ਬੰਦ ਰੇਸਤੇ ਹੀ ਕਦੇ ਕਿਤੇ ਦੇਣੀ ਪੈਂਦੀ ਕਦੇ ਨਹੀਂ। ਫਿਰ ਵੀ ਬਾਈ ਇੱਕ ਇੱਕ ਚੀਜ਼ ਤਾਂ ਆਉਂਦੀ ਉਹ ਆ, ਜਿਵੇਂ ਅੱਜ ਦੀ ਚਲੋ ਮਾਡਰਨ ਟੈਕਨੋਲੋਜੀ ਆ, ਜਿਵੇਂ ਸਮਾਂ ਬਦਲਦਾ ਹੈ, ਸਮੇਂ ਨਾਲ ਬਦਲਣਾ ਵੀ ਚਾਹੀਦਾ, ਟੈਕਨੋਲੋਜੀ ਐਡਵਾਂਸ ਹੁੰਦੀ ਜਾਂਦੀ ਹੈ। ਇਹ ਉਹ ਚੀਜ਼ਾਂ ਨੇ ਜਿਹੜੇ ਸ਼ਾਇਦ ਆਪਣੇ ਦਾਦੇ ਪਰਦਾਦਿਆਂ ਨੇ ਚਲਾਈਆਂ ਨੇ, ਅੱਜ ਉਹਨਾਂ ਨੂੰ ਦੇਖਦੇ ਹਾਂ ਜਦੋਂ, ਅਤੇ ਫਿਰ ਲੱਗਦਾ ਕਿ ਯਾਰ ਆਪਣੇ ਦਾਦਿਆਂ ਨੇ, ਯਾਰ ਉਹ ਆਪਣੇ ਬਜ਼ੁਰਗਾਂ ਨੇ ਉਦੋਂ ਜਿਹੜੀ ਹੈ ਸ਼ੁਰੂਆਤ ਕੀਤੀ ਹੈ, ਅਤੇ ਅੱਜ ਆਪਾਂ ਕਿੱਥੇ ਖੜੇ ਹਾਂ, ਕਿਵੇਂ ਦਾ ਲੱਗਦਾ? ਬਹੁਤ ਖੁਸ਼ੀ ਹੋਈ ਅੱਜ ਦੇਖ ਕੇ, ਜਾਣੀ ਕਿ ਬਹੁਤ ਹੋਈ ਆ ਖੁਸ਼ੀ, ਵਧੀਆ ਲੱਗਿਆ, ਬਹੁਤ ਵਧੀਆ ਲੱਗਿਆ, ਮਨ ਖੁਸ਼ ਹੋ ਗਿਆ। ਜਦ ਕੱਤੇ ਜਾਏ ਨੇ ਟਰੈਕਟਰ ਸਵੇਰੇ 10 ਵਜੇ ਲੱਗੇ ਸੀ ਤਕਰੀਬਨ, ਮੋਹਣ ਅਸੀਂ ਸਾਰੀ ਉਰੇ ਸੀ, ਖਾਸੇ ਜਾਣੇ ਸੀਗੇ ਪਹਿਲਾਂ, ਬਹੁਤ ਸਾਰਿਆਂ ਦਾ ਮਨ ਪੂਰਾ ਖੁਸ਼ ਹੋ ਗਿਆ ਵੀ ਹਾਂ ਪੁਰਾਣੀ ਚੀਜ਼ 'ਚ ਗੱਲਬਾਤ ਹੈ, ਗੱਲਬਾਤ ਹੈ। ਹਾਂ ਜੀ, ਹਾਂ ਬਿਲਕੁਲ, ਬਹੁਤ ਬਹੁਤ ਧੰਨਵਾਦ। ਜਿਵੇਂ ਹਰਮੀਤ ਜੀ, ਮੈਂ ਕਹਿੰਦਾ ਨਵੇਂ ਮੁੰਡੇ ਵੀ ਲੱਗੇ ਹੋਏ ਨੇ, ਬੜੇ ਖੁਸ਼ ਹੋ ਰਹੇ ਨੇ ਦੇਖ ਦੇਖ ਕੇ, ਤੁਹਾਨੂੰ ਕਿਵੇਂ ਦਾ ਲੱਗ ਰਿਹਾ? ਆਖਰੀ ਦੇ ਵਿੱਚ ਪੁੱਛਣਾ ਚਾਹੂੰਗਾ। ਮੇਰਾ ਖਿਆਲ ਹੈ ਬਹੁਤ ਵਧੀਆ, ਕਿਉਂਕਿ ਇਹਨਾਂ ਨੇ ਵੀ ਸ਼ਾਇਦ ਅੱਜ ਉਹ ਚੀਜ਼ ਦੇਖ ਲਈ ਜੋ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਨਹੀਂ ਦੇਖੀ, ਸ਼ਾਇਦ ਜਿਹਦੀਆਂ ਗੱਲਾਂ ਹੀ ਕਰਦੇ ਹੁੰਦੇ ਸੀ, ਸ਼ਾਇਦ ਇਹਨਾਂ ਨੇ ਗੱਲਾਂ ਵੀ ਨਾ ਸੁਣੀਆਂ ਹੁਣ। ਮੇਰਾ ਖਿਆਲ ਹੈ ਅੱਜ ਪਹਿਲੀ ਵਾਰੀ ਜਿਸ ਤਰ੍ਹਾਂ ਇਹਨੇ ਦੱਸਿਆ, ਪਹਿਲੀ ਵਾਰ ਦੇਖਿਆ ਔਰ ਬੜੇ ਖੁਸ਼ ਨੇ, ਮੇਰਾ ਖਿਆਲ ਹੈ ਬਹੁਤ ਅੱਛਾ ਹੋਇਆ। ਆਪਾਂ ਨੂੰ ਬੜੀ ਖੁਸ਼ੀ ਹੈ ਕਿ ਆਪਾਂ ਇਹਨਾਂ ਨੂੰ ਲਿਆ ਕੇ ਕੁਛ ਨਵਾਂ ਦਿਖਾਇਆ। ਬਿਲਕੁਲ, ਦਰਸ਼ਕ ਦੇਖ ਰਹੇ ਹੋਣਗੇ, ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋਣ, ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ ਡੀ ਟੀ 14 ਹੈ ਉਹਦੇ ਸਟੇਅਰਿੰਗ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਲੱਗਦਾ ਕਿ ਸਟੇਅਰਿੰਗ ਵੀ ਨਹੀਂ ਮਿਲ ਰਿਹਾ, ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਨੇ, ਤੁਸੀਂ ਸਾਡਾ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ। ਹਾਂਜੀ, ਮੋਬਾਈਲ ਨੰਬਰ 9191597025 99170705. ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ। ਜਿਵੇਂ ਕਿ ਦਰਸ਼ਕੋ ਆਪਾਂ ਦੇਖੀ ਅੱਜ ਉਹ ਚੀਜ਼ ਜਿਹਦੀਆਂ ਸ਼ਾਇਦ ਆਪਾਂ ਗੱਲਾਂ ਹੀ ਕਰਦੇ ਹੁੰਦੇ ਹਾਂ। ਇਹ ਬਾਈ ਕੀ ਨਾਮ ਹੈ ਤੇਰਾ? ਲਵਜੋਤ ਸਿੰਘ ਜੀ। ਲਵਜੋਤ, ਲਵ ਇਹ ਚੀਜ਼ਾਂ ਇੱਕ ਕਿਹੜੇ ਸਾਲ 'ਚ ਜਨਮਾ ਪਤਾ ਇਹ ਦੱਸ? 2011 'ਚ ਜੀ। 2011 ਦਾ ਮੁੰਡਾ ਕਹਿੰਦੇ ਜਨਮਿਆ ਹੋਇਆ, 10 ਸਾਲ ਦਾ ਹੋ ਗਿਆ ਉਹ, 10-11 12ਵਾਂ ਚੱਲਦਾ ਹੈ। ਇਹ ਚੀਜ਼ਾਂ ਤਾਂ ਉਸ ਟਾਈਮ ਦੀਆਂ ਨੇ ਜਿਸ ਟਾਈਮ 'ਤੇ ਸ਼ਾਇਦ ਮੈਂ ਵੀ ਨਹੀਂ ਜੰਮਿਆ, ਹੋਰ ਇਹ ਤਾਂ 1970 ਦੀਆਂ ਗੱਲਾਂ ਨੇ। ਅੱਜ ਇਹ ਦੇਖ ਕੇ ਕਿਹੋ ਜਿਹਾ ਲੱਗ ਰਿਹਾ ਕਿ ਇਹ ਟਰੈਕਟਰ ਨੇ? ਪਹਿਲੀ ਵਾਰ ਜਦੋਂ ਦੇਖਿਆ ਸੀ ਕਿਵੇਂ ਦਾ ਲੱਗਿਆ ਸੀ? ਸਾਨੂੰ ਪਹਿਲੀ ਵਾਰ ਦੇਖੇ ਤਾਂ ਬਹੁਤ ਸੋਹਣਾ ਲੱਗਿਆ ਜੀ ਟਰੈਕਟਰ, ਅਸੀਂ ਕਦੇ ਨਹੀਂ ਦੇਖੇ ਸੀ ਇਹ ਟਰੈਕਟਰ। ਕਦੇ ਨਹੀਂ ਦੇਖੇ ਜੀ? ਸੁਣਿਆ ਹੈਗਾ ਸੀ? ਨਾ ਨਾ ਸੁਣਿਆ, ਵੀ ਪਹਿਲੀ ਵਾਰੀ ਹੈ ਜੀ। ਪਹਿਲੀ ਵਾਰੀ ਸੁਣਿਆ? ਹਾਂ ਜੀ। ਵਾਓ ਲਵ, ਜਿਵੇਂ ਦਰਸ਼ਕੋ ਆਪਾਂ ਗੱਲ ਕਰਦੇ ਹੁੰਦੇ ਹਾਂ, ਹੁਣ ਜਿਵੇਂ ਬਾਈ ਮੇਰੇ ਨਾਲ ਲਵ ਖੜਾ ਆ, ਕਿ ਇਹਨੇ ਵੀ ਬਾਈ ਨੇ ਪਹਿਲੀ ਵਾਰ ਦੇਣਾ, ਕਹਿੰਦੇ ਮੈਂ ਪਹਿਲਾਂ ਨਾ ਸੁਣਿਆ ਸੀ, ਮੈਂ ਤਾਂ ਦੇਖਿਆ ਵੀ ਪਹਿਲੀ ਵਾਰ ਹੈ ਕਿ ਇਹ ਸਾਡੇ ਦਾਦੇ ਚਲਾਉਂਦੇ ਰਹੇ ਨੇ।
ਜਾਣੀ ਇਹਨਾਂ ਨਾਲ ਜਿਵੇਂ ਕਹਿੰਦੇ ਨੇ ਹੁੰਦੇ ਕਿ ਜੱਟ ਦਾ ਜਿਹੜਾ ਪੁੱਤ ਹੁੰਦਾ ਉਹ ਟਰੈਕਟਰ ਹੁੰਦਾ, ਉਹਦੇ ਉੱਤੇ ਹੀ ਜਿਹੜਾ ਆ ਕੰਮ ਕਰਦਾ ਆ, ਉਹਦਾ ਕੀਤਾ ਹੀ ਖਾਂਦਾ ਹੈ। ਜੇ ਉਹਨੂੰ ਕੁਛ ਹੋ ਜਾਵੇ ਤਾਂ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇਹ ਗੱਲ ਆ ਜਾਂਦੀ ਆ ਕਿ ਯਾਰ ਸ਼ਾਇਦ ਮੇਰਾ ਪੁੱਤ ਬਿਮਾਰ ਹੋ ਗਿਆ, ਇਹਨੂੰ ਸਹੀ ਕਰਾਵਾਂ ਮੈਂ ਸਭ ਤੋਂ ਪਹਿਲਾਂ। ਇੰਨੀਆਂ ਯਾਦਾਂ ਜੁੜੀਆਂ ਹੁੰਦੇ ਨੇ ਉਹ ਟਰੈਕਟਰ ਨਾਲ, ਸਾਰੀ ਉਮਰ ਇਹ ਕੱਢੀ ਹੁੰਦੀ ਆ ਕਿ ਉਸਦੀ ਜ਼ਮੀਨ ਵਾਹ ਵਾਹ ਕੇ ਉਹਨੇ ਹੀ ਜਿਵੇਂ ਕਹਿੰਦਾ ਨਾ ਪਰਿਵਾਰ ਪਾਲਦਾ ਹੈ, ਇੱਕ ਬਾਪ ਪਾਲਦਾ, ਇੱਕ ਟਰੈਕਟਰ ਵੀ ਨਾਲ ਵੀ ਪੂਰਾ ਸਾਥ ਦਿੰਦਾ ਹੁੰਦਾ ਜੱਟ ਦਾ। ਉਮੀਦ ਇਹੀ ਰੱਖਾਂਗੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਤਦ ਤੱਕ ਲਈ ਮੈਨੂੰ ਜਾਣੀ ਹਰਵਿੰਦਰ ਖੰਨੇ ਨੂੰ ਦੋ ਇਜਾਜ਼ਤ ਦੇ ਦੇ ਰਹੋ ਰਹਿਮਤ ਟੀਵੀ। ਧੰਨਵਾਦ।